ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਡਾਇਰੀਜ਼ ਦੇਖ ਰਹੇ ਹੋ ਤੁਸੀਂ ਅਤੇ ਮੈਂ ਪਰਮਿੰਦਰ ਸਿੰਘ ਆਪ ਸਭ ਦਾ ਸਵਾਗਤ ਕਰਦਾ ਅਤੇ ਉਮੀਦ ਕਰਦਾ ਤੁਸੀਂ ਸਾਰੇ ਰਾਜੀਬਾਜੀ ਹੋਵੋਗੇ। ਦੋਸਤੋ, ਅਧਿਆਪਕ ਇੱਕ ਅਜਿਹੀ ਸ਼ਖਸੀਅਤ ਹੁੰਦੀ ਹੈ ਜਿਹੜੀ ਮਾਪਿਆਂ ਤੋਂ ਬਾਅਦ ਬੱਚਿਆਂ ਨੂੰ ਜੋ ਸਿੱਖਿਆ ਦਿੰਦੀ ਹੈ ਤਾਂ ਉਸ ਸਿੱਖਿਆ ਦੇ ਉੱਤੇ ਜਿਹੜੇ ਬੱਚੇ ਨੇ ਉਹ ਆਪਣੇ ਜੀਵਨ ਦੇ ਪੈਂਡੇ ਜਿਹੜੇ ਆ ਉਹ ਤੈਅ ਕਰਦੇ ਨੇ। ਅਤੇ ਜੇ ਇੱਕ ਅਧਿਆਪਕ ਚੰਗੇ ਅਤੇ ਉੱਚ ਆਚਰਣ ਵਾਲਾ ਹੋਵੇ ਤਾਂ ਉਹਦੇ ਪੜ੍ਹਾਏ ਵਿਦਿਆਰਥੀ ਜਿਹੜੇ ਨੇ ਆਪਣੇ ਜੀਵਨ ਦੇ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰਦੇ ਨੇ, ਭਵਿੱਖ ਵਿੱਚ ਜਾ ਕੇ ਸਫਲਤਾ ਵੀ ਹਾਸਲ ਕਰਦੇ ਨੇ। ਅਤੇ ਸਰਕਾਰਾਂ ਵੀ ਅਜਿਹੇ ਅਧਿਆਪਕਾਂ ਦਾ ਫਿਰ ਸਾਥ ਦਿੰਦੀਆਂ ਨੇ, ਉਹਨਾਂ ਦਾ ਬਣਦਾ ਮਾਣ ਸਨਮਾਨ ਵੀ ਦਿੰਦੀਆਂ ਨੇ। ਅਤੇ ਹੁਣ ਪੂਰੇ ਦੇਸ਼ ਭਰ ਦੇ ਵਿੱਚੋਂ ਕੁਝ ਚੁਣਿੰਦਾ ਅਧਿਆਪਕ ਨੇ ਜਿਨ੍ਹਾਂ ਨੂੰ ਰਾਸ਼ਟਰਪਤੀ ਦੇ ਵੱਲੋਂ ਸਨਮਾਨਿਤ ਕੀਤਾ ਜਾਣਾ। ਅਤੇ ਇਸ ਵਿੱਚ ਪੰਜਾਬ ਦਾ ਵੀ ਸੁਭਾਗ ਹੈ ਕਿ ਪੰਜਾਬ ਦੇ ਦੋ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ ਜਿਨ੍ਹਾਂ ਨੂੰ ਦੇਸ਼ ਦੀ ਰਾਸ਼ਟਰਪਤੀ ਦੇ ਵੱਲੋਂ ਮਾਣ ਸਨਮਾਨ ਦਿੱਤਾ ਜਾਣਾ, ਕਿਉਂਕਿ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਬਹੁਤ ਵਧੀਆ ਰਹੀ ਹੈ। ਉਹ ਕਿਹੜੇ ਕਿਹੜੇ ਅਧਿਆਪਕ ਨੇ ਅਤੇ ਕਿਵੇਂ ਉਹਨਾਂ ਨੂੰ ਚੁਣਿਆ ਗਿਆ, ਕਿਵੇਂ ਉਹ ਸਕੂਲ ਦੇ ਵਿੱਚ ਪੜ੍ਹਾਉਂਦੇ ਸੀ, ਇਹਨਾਂ ਗੱਲਾਂ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦਾ ਹਰ ਇੱਕ ਵਿਦਿਆਰਥੀ ਅਜਿਹੇ ਅਧਿਆਪਕਾਂ ਦੇ ਹੱਥੋਂ ਨਿਕਲੇ ਜਿਨ੍ਹਾਂ ਨੂੰ ਦੁਨੀਆ ਭਰ ਦੇ ਵਿੱਚ ਹੁਣ ਸਨਮਾਨ ਮਿਲ ਰਹੇ ਨੇ। ਪੰਜਾਬ ਦੇ ਦੋ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਰਾਸ਼ਟਰਪਤੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਣਾ। ਕੇਂਦਰੀ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ 2024 ਦੇ ਨੈਸ਼ਨਲ ਟੀਚਰ ਅਵਾਰਡ ਦਾ ਐਲਾਨ ਕਰਾਂਗੇ। ਪੂਰੇ ਦੇਸ਼ ਦੇ ਵਿੱਚੋਂ ਕੁੱਲ 50 ਅਧਿਆਪਕ ਨੇ ਜਿਨ੍ਹਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਜਿਹੜਾ ਆ ਦਿੱਤਾ ਜਾਵੇਗਾ। ਚੁਣੇ ਜਾ ਚੁੱਕੇ ਨੇ ਅਧਿਆਪਕ, ਜਿਹੜੇ 50 ਅਧਿਆਪਕ ਨੇ ਉਹਨਾਂ ਵਿੱਚੋਂ ਦੋ ਪੰਜਾਬੀ ਨੇ, ਯਾਨੀ ਕਿ ਪੰਜਾਬ ਦੇ ਦੋ ਅਧਿਆਪਕ ਵੀ ਨੇ। ਇਸ ਸੂਚੀ ਦੇ ਵਿੱਚ ਪੰਜਾਬ ਦੇ ਦੋ ਅਧਿਆਪਕਾਂ ਦਾ ਜਿਹੜਾ ਨਾਮ ਆਇਆ ਹੈ, ਇਹਨਾਂ ਦੇ ਵਿੱਚੋਂ ਇੱਕ ਹੈ ਬਰਨਾਲੇ ਦਾ ਜਿਹੜਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਲੜਕੀਆਂ ਦਾ ਸਕੂਲ ਹੈ ਉੱਥੋਂ ਦਾ ਅਧਿਆਪਕ ਹੈ ਜਿਹਦਾ ਨਾਮ ਹੈ ਪੰਕਜ ਕੁਮਾਰ ਗੋਇਲ, ਅਤੇ ਦੂਸਰਾ ਬਠਿੰਡੇ ਜ਼ਿਲ੍ਹੇ ਦਾ ਹੈ ਜਿਹੜਾ ਕਿ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਇੱਕ ਸਰਕਾਰੀ ਸਕੂਲ ਦਾ ਅਧਿਆਪਕ ਹੈ ਅਤੇ ਨਾਮ ਹੈ ਰਜਿੰਦਰ ਸਿੰਘ ਰਾਜੂ। 5 ਸਤੰਬਰ ਨੂੰ ਇਹਨਾਂ ਅਧਿਆਪਕਾਂ ਨੂੰ ਅਧਿਆਪਕ ਦਿਵਸ ਵਾਲੇ ਦਿਨ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਵੱਲੋਂ ਇਹਨਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਊਗਾ। ਹਰੇਕ ਅਧਿਆਪਕ ਨੂੰ ਮੈਰਿਟ ਸਰਟੀਫਿਕੇਟ ਦਿੱਤਾ ਜਾਊਗਾ ਅਤੇ ਇੱਕ ਚਾਂਦੀ ਦਾ ਤਗਮਾ ਵੀ ਦਿੱਤਾ ਜਾਣਾ ਅਤੇ ਨਾਲ 50,000 ਰੁਪਏ ਦੀ ਨਕਦ ਰਾਸ਼ੀ ਦੇ ਕੇ ਇਨਾਮ ਦਿੱਤਾ ਜਾਣਾ। ਤਾਂ ਪੰਜਾਬ ਦੇ ਇਹਨਾਂ ਦੋਵੇਂ ਅਧਿਆਪਕਾਂ ਨੂੰ ਸਕੂਲ ਅਤੇ ਵਿਦਿਆਰਥੀਆਂ ਦੇ ਪ੍ਰਤੀ ਨਿਭਾਈ ਗਈ ਵਿਸ਼ੇਸ਼ ਜ਼ਿੰਮੇਵਾਰੀ ਕਰਕੇ ਸਨਮਾਨਿਤ ਕੀਤਾ ਜਾ ਰਿਹਾ ਦੋਸਤੋ। ਸੋ ਰਾਸ਼ਟਰਪਤੀ ਅਵਾਰਡ ਦੇ ਲਈ ਇਹਨਾਂ ਨੂੰ ਕਿਉਂ ਚੁਣਿਆ ਗਿਆ ਇਹ ਤਾਂ ਗੱਲ ਕਰਦੇ ਹਾਂ। ਇਹ ਅਧਿਆਪਕ ਜਿਹੜੇ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਕੂਲ ਦੇ ETT ਅਧਿਆਪਕ ਨੇ ਜਿਨ੍ਹਾਂ ਦਾ ਨਾਮ ਹੈ ਰਜਿੰਦਰ ਸਿੰਘ ਰਾਜੂ। ਪਹਿਲੇ ਇਹਨਾਂ ਦੀ ਗੱਲ ਕਰਦੇ ਹਾਂ। ਇਹਨਾਂ ਨੇ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੇ ਵਿੱਚ ਅਹਿਮ ਯੋਗਦਾਨ ਪਾਇਆ। ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਪੱਕੀ ਵਰਦੀ ਲਵਾਉਣ ਦਾ ਕੰਮ ਕੀਤਾ ਰਜਿੰਦਰ ਸਿੰਘ ਹੋਰਾਂ ਨੇ, ਅਤੇ ਇਹਨਾਂ ਦੇ ਨਾਲ ਹੋਰ ਵੀ ਅਧਿਆਪਕਾਂ ਨੇ ਸਾਥ ਦਿੱਤਾ ਅਤੇ ਪਿੰਡ ਵਾਲਿਆਂ ਨੇ ਵੀ ਸਾਥ ਦਿੱਤਾ। ਤਾਂ ਵਿਦਿਆਰਥੀਆਂ ਵਾਸਤੇ ਇਹਨਾਂ ਨੇ ਸਮਾਰਟ ਕੰਪਿਊਟਰ, ਸਮਾਰਟ ਕਲਾਸਰੂਮ ਅਤੇ ਉਹ ਸਾਰੀਆਂ ਚੀਜ਼ਾਂ ਉਪਲਬਧ ਕਰਵਾਈਆਂ ਜਿਹੜੀਆਂ ਕਿ ਇੱਕ ਸਮਾਰਟ ਸਕੂਲ ਦੇ ਵਿੱਚ ਹੋਣੀਆਂ ਚਾਹੀਦੀਆਂ। ਇਹ ਸਾਰਾ ਕੁਝ ਇੱਕ ਚੁਟਕੀ 'ਚ ਨਹੀਂ ਹੋਇਆ, ਰਜਿੰਦਰ ਸਿੰਘ ਪਿਛਲੇ 8 ਸਾਲਾਂ ਤੋਂ ਮਿਹਨਤ ਕਰ ਰਹੇ ਨੇ। ਹਾਲਾਂਕਿ ਇਹ ਸਭ ਕੁਝ ਕਰਨ ਦੇ ਪਿੱਛੇ ਇੱਕ ਵਿੱਤੀ ਯੋਗਦਾਨ ਪਿੰਡ ਵਾਲਿਆਂ ਦਾ ਵੀ ਰਿਹਾ, ਦੋਸਤਾਂ ਦਾ ਰਿਹਾ, ਪ੍ਰਵਾਸੀ ਪੰਜਾਬੀਆਂ ਦਾ ਖਾਸ ਤੌਰ 'ਤੇ ਰਿਹਾ।
ਇਸ ਯੋਗਦਾਨ ਕਰਕੇ ਸਮਾਰਟ ਸਕੂਲ ਬਣ ਸਕਿਆ। ਅਤੇ ਉੱਧਰ ਬਰਨਾਲਾ ਦੇ ਜੇ ਸਰਕਾਰੀ ਸਕੂਲ ਦੀ ਗੱਲ ਕਰੀਏ, ਇਹ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦਾ ਹੈ ਜਿੱਥੇ ਪੜ੍ਹਾਉਂਦੇ ਨੇ ਪੰਕਜ ਕੁਮਾਰ ਗੋਇਲ, ਉਹ ਵਿਦਿਆਰਥੀਆਂ ਨੂੰ ਸਮਾਜਿਕ ਸਿੱਖਿਆ ਪੜ੍ਹਾਉਂਦੇ ਨੇ ਅਤੇ ਉਹਨਾਂ ਨੂੰ ਰਾਸ਼ਟਰੀ ਪੁਰਸਕਾਰ ਇਸ ਲਈ ਮਿਲ ਰਿਹਾ ਕਿਉਂਕਿ ਉਹਨਾਂ ਨੇ ਵਿਦਿਆਰਥੀਆਂ ਦੇ ਲਈ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਸਮਝਣਾ ਅਤੇ ਯਾਦ ਕਰਨਾ ਸੁਖਾਲਾ ਬਣਾ ਦਿੱਤਾ ਹੈ। ਸਮਾਜਿਕ ਸਿੱਖਿਆ ਦੇ ਪਾਠ ਯਾਦ ਕਰਵਾਉਣ ਦੇ ਲਈ ਪੰਕਜ ਗੋਇਲ PPT ਬਣਾ ਕੇ ਦਿਲਚਸਪ ਤਰੀਕੇ ਦੇ ਨਾਲ ਭੂਗੋਲ, ਇਤਿਹਾਸ ਸਮਝਣ ਅਤੇ ਉਹਨੂੰ ਯਾਦ ਕਰਵਾਉਣ ਦੇ ਵਿੱਚ ਮਦਦ ਕਰਦੇ ਸੀ। ਦੋਸਤੋ, ਅਸੀਂ ਸ਼ੁਰੂ ਤੋਂ ਜਦੋਂ ਕਿਤਾਬਾਂ ਪੜ੍ਹਦੇ ਸੀ ਸਕੂਲਾਂ ਵਿੱਚ ਤਾਂ ਰੱਟਾ ਚੱਲਦਾ ਹੁੰਦਾ ਸੀ ਵੀ ਇਹਨੂੰ ਪੜ੍ਹ ਲਓ ਅਤੇ ਰੱਟਾ ਲਾ ਲਓ, ਉਹੀ ਆਪਾਂ ਪੇਪਰਾਂ 'ਚ ਲਿਖਿਆਉਣਾ। ਪਰ ਜਦੋਂ ਬੱਚਿਆਂ ਨੂੰ ਫਿਜ਼ੀਕਲੀ ਆਪਾਂ ਕਰਕੇ ਦਿਖਾਉਂਦੇ ਹਾਂ ਤਾਂ ਉਹ ਮੈਨੂੰ ਲੱਗਦਾ ਉਮਰ ਭਰ ਤੱਕ ਯਾਦ ਰਹਿੰਦਾ। ਰੱਟਾ ਕੀਤੀਆਂ ਹੋਈਆਂ ਚੀਜ਼ਾਂ ਥੋੜ੍ਹੇ ਸਮੇਂ ਵਾਸਤੇ ਯਾਦ ਰਹਿੰਦੀਆਂ, ਉਹ ਭਵਿੱਖ ਵਿੱਚ ਕੰਮ ਵੀ ਨਹੀਂ ਆਉਂਦੀਆਂ। ਪਰ ਜਦੋਂ ਅਸੀਂ ਉਸ ਚੀਜ਼ ਦਾ ਪ੍ਰੈਕਟੀਕਲ ਕਰਦੇ ਹਾਂ, ਫਿਜ਼ੀਕਲੀ ਕਰਦੇ ਹਾਂ, ਪ੍ਰੈਕਟੀਕਲ ਕਰਦੇ ਹਾਂ, ਤਾਂ ਸਾਨੂੰ ਫਿਰ ਉਹ ਯਾਦ ਰਹਿੰਦਾ ਉਮਰ ਭਰ। ਤਾਂ ਸਾਨੂੰ ਵੀ ਪ੍ਰੈਕਟੀਕਲ ਕਰਕੇ ਪੜ੍ਹਨਾ ਚਾਹੀਦਾ ਜਿਵੇਂ ਗੋਇਲ ਸਾਹਿਬ ਨੇ ਵਿਦਿਆਰਥੀ ਨੂੰ ਪੜ੍ਹਾਇਆ। ਹੁਣ ਇਹਨਾਂ ਦਾ ਸਕੂਲ ਵੀ ਬੰਦ ਹੋ ਰਿਹਾ ਸੀ, ਰਜਿੰਦਰ ਸਿੰਘ ਹੋਰਾਂ ਦਾ। ਇਹਨਾਂ ਨੇ ਕਿਹਾ ਕਿ ਨਹੀਂ ਭਾਈ, ਮੈਂ ਆਪਣੇ ਪਿੰਡ ਦੇ ਬੱਚਿਆਂ ਨੂੰ ਬਾਹਰ ਨਹੀਂ ਜਾਣ ਦੇਣਾ, ਇਸੇ ਸਕੂਲ 'ਚ ਪੜ੍ਹਾਊਂਗਾ, ਸਰਕਾਰੀ ਸਕੂਲ 'ਚ ਪੜ੍ਹਾਊਂਗਾ ਅਤੇ ਉਹਨਾਂ ਨੂੰ ਬਖੂਬੀ ਪੜ੍ਹਾਊਂਗਾ, ਮੇਰੀ ਜ਼ਿੰਮੇਵਾਰੀ ਆ, ਇੱਕ ਮੌਕਾ ਦੇ ਕੇ ਦੇਖੋ। ਅਤੇ ਉਹ ਇਸ ਵਿੱਚ ਸਫਲ ਵੀ ਹੋਏ। ਰਜਿੰਦਰ ਸਿੰਘ ਰਾਜੂ ਕਹਿੰਦੇ ਨੇ ਕਿ 2015 ਵਿੱਚ ਸਕੂਲ ਵਿੱਚ 33 ਵਿਦਿਆਰਥੀ ਸੀ ਅਤੇ ਸਿਰਫ ਇੱਕ ਅਧਿਆਪਕ ਸੀ। ਕੌਣ ਸੀ ਉਹ? ਮੈਂ ਸੀ, ਯਾਨੀ ਕਿ ਰਜਿੰਦਰ ਸਿੰਘ ਰਾਜੂ। ਸਾਰੇ ਵਿਦਿਆਰਥੀਆਂ ਨੂੰ, ਯਾਨੀ ਕਿ 33 ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਸਿਰਫ ਇੱਕੋ ਇੱਕ ਅਧਿਆਪਕ ਸੀ ਪੂਰੇ ਸਕੂਲ 'ਚ। ਸਕੂਲ ਦੀ ਇਮਾਰਤ ਵੀ ਬੇਰੰਗੀ ਸੀ, ਕੰਧਾਂ ਟੁੱਟੀਆਂ ਹੋਈਆਂ ਸੀ। ਸਕੂਲ ਦਿਨ ਪ੍ਰਤੀ ਦਿਨ ਬੰਦ ਹੋਣ ਦੀ ਕਗਾਰ 'ਤੇ ਉੱਤੇ ਚਲਾ ਗਿਆ। ਉਹਨਾਂ ਨੇ ਕਿਹਾ ਕਿ ਪਰ ਮੈਂ ਸਕੂਲ ਨੂੰ ਬਚਾਉਣ ਦੇ ਲਈ ਇੱਕ ਕੋਸ਼ਿਸ਼ ਕੀਤੀ ਜੋ ਰੰਗ ਲੈ ਕੇ ਆਈ ਹੈ। ਹੁਣ ਸਕੂਲ ਖੁੱਲ੍ਹਣ ਦਾ ਸਮਾਂ ਹੁੰਦਾ ਸੀ ਪਰ ਬੰਦ ਹੋਣ ਦਾ ਕੋਈ ਸਮਾਂ ਨਹੀਂ ਸੀ। ਦਿਨ ਰਾਤ ਇੱਥੇ ਪੜ੍ਹਾਈ ਚੱਲਦੀ ਸੀ। ਰੰਗ ਰੋਗਣ ਦਾ ਕੰਮ ਕੀਤਾ, ਪਲੰਬਰਿੰਗ ਦਾ ਕੰਮ ਕੀਤਾ, ਮੈਂ ਆਪਣੇ ਹੱਥੀਂ ਕਹਿੰਦੇ ਕੰਮ ਕਰਦਾ ਰਿਹਾ। ਰਾਜੂ ਜਿਹੜੇ ਟੀਚਰ ਨੇ ਨਾ, ਰਾਜੂ, ਉਹ ਕਹਿੰਦੇ ਕਹਿੰਦੇ ਮੈਂ ਆਪਣੇ ਹੱਥੀਂ ਕੰਮ ਕਰਦਾ ਰਿਹਾ, ਦੂਜਿਆਂ ਦੀ ਮਦਦ ਵੀ ਲੈਣੀ। ਫਿਰ ਹੌਲੀ ਹੌਲੀ ਜਾ ਕੇ ਪਿੰਡ ਵਾਲਿਆਂ ਨੇ ਵੀ ਸਾਥ ਦਿੱਤਾ, ਦਾਨੀ ਸੱਜਣ ਅੱਗੇ ਆਏ, ਉਹਨਾਂ ਦੇ ਸਹਿਯੋਗ ਨਾਲ ਸਕੂਲ ਦੀ ਇਮਾਰਤ ਬਦਲਣ ਲੱਗੀ। ਫਿਰ ਇੱਥੇ ਬੈਂਚ ਵੀ ਲੈ ਕੇ ਆਏ, ਵਿਦਿਆਰਥੀਆਂ ਨੂੰ ਵਰਦੀ ਵੀ ਦਿੱਤੀ, ਕੰਪਿਊਟਰ ਵੀ ਦਿੱਤੇ, ਇਹ ਤੋਂ ਇਲਾਵਾ ਜਿਹੜੇ ਸਮਾਰਟ ਸਕੂਲ ਦੇ ਵਿੱਚ ਚੀਜ਼ਾਂ ਚਾਹੀਦੀਆਂ ਉਹ ਸਾਰੀਆਂ ਉਪਲਬਧ ਕਰਵਾਈਆਂ। ਅਤੇ ਉੱਧਰ ਕਲਰਕ ਤੋਂ ਅਧਿਆਪਕ ਬਣੇ ਪੰਕਜ ਕੁਮਾਰ ਗੋਇਲ ਦੀ ਜੇ ਗੱਲ ਕਰੀਏ ਤਾਂ ਪੰਕਜ ਕੁਮਾਰ ਗੋਇਲ 2001 ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਕਲਰਕ ਦੀ ਨੌਕਰੀ ਲੱਗੇ ਸੀ। ਉਹ ਕਲਰਕ ਵਾਸਤੇ ਚੁਣੇ ਗਏ ਸੀ ਅਤੇ 2010 ਦੇ ਵਿੱਚ ਅਧਿਆਪਕ ਦੇ ਵਜੋਂ ਬਰਨਾਲਾ ਦੇ ਸਰਕਾਰੀ ਸਕੂਲ, ਜਿਹੜਾ ਮੁੰਡਿਆਂ ਦਾ ਸਕੂਲ ਆ, ਉੱਥੇ ਪੜ੍ਹਾਉਣ ਲੱਗੇ। ਫਿਰ 2016 ਦੇ ਵਿੱਚ ਉਹਨਾਂ ਦੀ ਜੁਆਇਨਿੰਗ ਹੋ ਗਈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਾਲੇ ਸਕੂਲ 'ਚ, ਉਹ ਵੀ ਬਰਨਾਲੇ 'ਚ ਹੈ। ਸਕੂਲ ਦੇ ਵਿੱਚ 6ਵੀਂ ਜਮਾਤ ਤੋਂ ਲੈ ਕੇ 12ਵੀਂ ਤੱਕ ਉਹ ਵਿਦਿਆਰਥਣਾਂ ਨੂੰ ਪੜ੍ਹਾਉਂਦੇ ਨੇ ਅਤੇ ਹੁਣ ਜਾ ਕੇ ਉਹਨਾਂ ਦੀ ਮਿਹਨਤ ਜਿਹੜੀ ਰੰਗ ਲਿਆਈ ਹੈ। ਅਤੇ ਇਹ ਜਦੋਂ ਅਧਿਆਪਕ ਨੇ ਜਿਹੜੇ ਚੁਣੇ ਗਏ ਨੇ ਜਿਨ੍ਹਾਂ ਨੂੰ ਰਾਸ਼ਟਰਪਤੀ ਦੇ ਵੱਲੋਂ ਪੁਰਸਕਾਰ ਮਿਲਣਾ ਹੈ, ਇਹ ਕਿਤੇ ਨਾ ਕਿਤੇ ਉਹਨਾਂ ਅਧਿਆਪਕਾਂ ਦੇ ਵਾਸਤੇ ਵੀ ਪ੍ਰੇਰਣਾ ਦਾ ਸਰੋਤ ਹੈ ਜਿਹੜੇ ਸਕੂਲਾਂ ਦੇ ਵਿੱਚ ਜਾ ਕੇ ਸਿਰਫ ਟਾਈਮ ਟਪਾਉਂਦੇ ਨੇ, ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਦੇ ਨੇ ਅਤੇ ਸਿਰਫ ਇੱਕ ਤਨਖਾਹ ਲੈਣ ਵਾਸਤੇ ਜਾਂਦੇ ਨੇ ਸਕੂਲਾਂ 'ਚ। ਸੋ ਸਾਨੂੰ ਸਾਰਿਆਂ ਨੂੰ ਇਹਨਾਂ ਦੋ ਅਧਿਆਪਕਾਂ ਤੋਂ ਸਿੱਖਣਾ ਚਾਹੀਦਾ ਕਿ ਭਾਈ ਅਸੀਂ ਵੀ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਪੜ੍ਹਾਈਏ, ਸਕੂਲ ਨੂੰ ਆਪਣਾ ਘਰ ਸਮਝੀਏ, ਸਾਫ਼ ਸੁਥਰਾ ਰੱਖੀਏ ਅਤੇ ਇੰਨੀ ਕੁ ਜ਼ਿਆਦਾ ਮਿਹਨਤ ਕਰ ਲਈਏ ਕਿ ਫਿਰ ਵਾਹ ਵਾਹ ਹੋਵੇ, ਸਰਕਾਰਾਂ ਵੀ ਪੁਰਸਕਾਰ ਦੇਣ ਵਾਸਤੇ ਮਜਬੂਰ ਹੋ ਜਾਣ। ਸੋ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਫਿਲਹਾਲ ਇਜਾਜ਼ਤ ਚਾਹਾਂਗੇ। ਦੇਸ਼ ਦੁਨੀਆ ਦੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਦੇਖਦੇ ਰਹੋ ਪੰਜਾਬ ਡਾਇਰੀ। ਸਤਾਨਪਾ।